ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਤੇ ਪੰਜਾਬ ਦੇ ਰਾਜਪਾਲ ਲਗਾਤਾਰ ਆਮੋ ਸਾਹਮਣੇ ਨੇ ਸੀਐਮ ਮਾਨ ਤੇ ਰਾਜਪਾਲ ਦਾ 36 ਦਾ ਅੰਕੜਾ ਨਜ਼ਰ ਆ ਰਿਹਾ ਹੈ ਦਰਅਸਲ ਪਹਿਲਾਂ ਰਾਜਪਾਲ ਦੇ ਵੱਲੋਂ ਇੱਕ ਚਿੱਠੀ ਲਿਖੀ ਜਾਂਦੀ ਹੈ ਸੀਐਮ ਮਾਨ ਨੂੰ ਯਾਨੀ ਕਿ ਪੰਜਾਬ ਸਰਕਾਰ ਨੂੰ ਜਿਸ ਦੇ ਵਿੱਚ ਪੰਜਾਬ ਸਿਰ ਚੜੇ ਕਰਜ਼ੇ ਨੂੰ ਲੈ ਕੇ ਜੋ ਨਵੀਂ ਸਰਕਾਰ ਸੱਤਾ ਵਿੱਚ ਆਈ ਹੈ ਤਕਰੀਬਨ 50,000 ਕਰੋੜ ਦਾ ਨਵਾਂ ਕਰਜ਼ਾ ਕਿਉਂ ਲੈਣਾ ਪਿਆ ਅਤੇ ਕਿੱਥੇ ਕਿੱਥੇ ਪੈਸੇ ਖਰਚ ਕੀਤੇ ਉਸ ਦੀ ਸਟੇਟਸ ਰਿਪੋਰਟ ਮੰਗੀ ਜਾਂਦੀ ਹੈ ਉਸ ਤੋਂ ਬਾਅਦ ਪੰਜਾਬ ਸਰਕਾਰ ਇਸ ਰਿਪੋਰਟ ਨੂੰ ਬਕਾਇਦਾ ਤੌਰ 'ਤੇ ਤਿਆਰ ਕਰਦੀ ਹੈ ਉਸ ਤੋਂ ਬਾਅਦ ਸੀਐਮ ਮਾਨ ਦਾ ਲੈਟਰ ਜਿਹੜਾ ਹੈ ਉਹ ਜਾਂਦਾ ਹੈ ਰਾਜਪਾਲ ਨੂੰ ਰਾਜਪਾਲ ਨੂੰ ਉਹ ਸਾਰੇ ਕਰਜ਼ੇ ਦੇ ਵਿੱਚ ਲੈ ਗਏ ਪੈਸਿਆਂ ਦਾ ਵੇਰਵਾ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਸੀਗੇ ਹੁਣ ਰਾਜਪਾਲ ਨੇ ਮੁੜ ਉਸੇ ਕਰਜ਼ੇ ਨੂੰ ਲੈ ਕੇ ਇੱਕ ਹੋਰ ਚਿੱਠੀ ਪੰਜਾਬ ਸਰਕਾਰ ਨੂੰ ਲਿਖੀ ਹੈ ਅਤੇ ਕੈਗ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਜੋ ਰਿਪੋਰਟ ਹੈ ਉਹ ਕੈਗ ਦੀ ਰਿਪੋਰਟ ਦੇ ਨਾਲ ਨਹੀਂ ਮੈਚ ਖਾਂਦੀ ਤਕਰੀਬਨ 10,051 ਕਰੋੜ ਰੁਪਏ ਦਾ ਫਰਕ ਜਿਹੜਾ ਹੈ ਉਹ ਸਾਫ਼ ਤੌਰ 'ਤੇ ਦਿਖਦਾ ਹੈ ਸੋ ਇਹ ਬਹੁਤ ਵੱਡਾ ਕਹਿ ਸਕਦੇ ਹਾਂ ਪਾੜਾ ਹੈ ਅਤੇ ਇਸ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਕੈਗ ਦੀ ਰਿਪੋਰਟ ਦੇ ਅੰਕੜੇ ਰਿਲੀਜ਼ ਕੀਤੇ ਗਏ ਨੇ ਰਾਜਪਾਲ ਦੇ ਵੱਲੋਂ ਅਤੇ ਜੋ ਪੰਜਾਬ ਸਰਕਾਰ ਦੇ ਅੰਕੜੇ ਨੇ ਦੋਵਾਂ ਦਾ ਕੰਪੈਰੀਜ਼ਨ ਉਸ ਚਿੱਠੀ ਦੇ ਵਿੱਚ ਹੈਗਾ ਹੈ ਜੋ ਤੁਹਾਨੂੰ ਵੇਰਵੇ ਦੇ ਹਿਸਾਬ ਦੇ ਨਾਲ ਪੜ੍ਹ ਕੇ ਸੁਣਾਉਂਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਬਜਟ ਦੇ ਵਿੱਚ ਪੰਜਾਬ ਸਰਕਾਰ ਨੇ ਜੋ ਕਰਜ਼ ਦਿਖਾਇਆ ਉਹ 23,835 ਕਰੋੜ ਰੁਪਏ ਦਾ ਦਿਖਾਇਆ ਸੀਗਾ ਜਦਕਿ ਕੈਗ ਦੀ ਰਿਪੋਰਟ ਦੇ ਹਿਸਾਬ ਦੇ ਨਾਲ 33,886 ਕਰੋੜ ਰੁਪਏ ਹੈ ਜੇਕਰ ਫਰਕ ਦੀ ਗੱਲ ਕੀਤੀ ਜਾਵੇ 10,051 ਕਰੋੜ ਯਾਨੀ ਕਿ 10,051 ਕਰੋੜ ਰੁਪਏ ਦਾ ਫਰਕ ਜਿਹੜਾ ਹੈ ਉਹ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਉਸ ਤੋਂ ਬਾਅਦ ਆ ਜਾਂਦੇ ਹਾਂ ਕੈਗ ਦੀ ਰਿਪੋਰਟ ਦੇ ਅੰਕੜੇ ਅਤੇ ਪੰਜਾਬ ਸਰਕਾਰ ਦੇ ਉਹ ਅੰਕੜੇ ਜਿਹੜੇ 47,107 ਕਰੋੜ ਰੁਪਏ ਜੋ ਮਾਨ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇੰਨਾ ਕਰਜ਼ਾ ਲਿਆ ਗਿਆ ਹੈ ਉਹ ਜੋ ਅੰਕੜੇ ਪੇਸ਼ ਕੀਤੇ ਗਏ ਰਾਜਪਾਲ ਦੇ ਮੂਹਰੇ ਉਹ ਅੰਕੜੇ ਹੁਣ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ ਦਰਅਸਲ ਪੰਜਾਬ ਸਿਰ ਜੋ ਕਰਜ਼ਾ ਨਵਾਂ ਚੜਿਆ ਉਹ ਪੰਜਾਬ ਸਰਕਾਰ ਦੇ ਹਿਸਾਬ ਦੇ ਨਾਲ 47,107 ਕਰੋੜ ਰੁਪਏ ਦਾ ਚੜਿਆ ਯਾਨੀ ਕਿ ਜਿਹੜਾ ਪਿਛਲਾ ਕਰਜ਼ਾ ਸੀਗਾ ਉਹਦੇ ਵਿੱਚ 47,107 ਕਰੋੜ ਰੁਪਏ ਦਾ ਵਾਧਾ ਹੋਇਆ ਜਦਕਿ ਦੂਜੇ ਪਾਸੇ ਜੇਕਰ ਕੈਗ ਦੀ ਰਿਪੋਰਟ ਦੇ ਹਿਸਾਬ ਨਾਲ ਜਾਈਏ ਤਾਂ 49,961 ਕਰੋੜ ਰੁਪਏ ਜਿਹੜੇ ਹੈ ਉਹ ਕਰਜ਼ਾ ਨਵਾਂ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਯਾਨੀ ਕਿ ਇਹਦੇ ਵਿੱਚ ਵੀ ਫਰਕ ਹੈਗਾ ਹੈ ਉਸ ਤੋਂ ਬਾਅਦ ਵਿਆਜ ਦੀ ਗੱਲ ਕਰ ਲੈਂਦੇ ਹਾਂ 27,016 ਕਰੋੜ ਰੁਪਏ ਜਿਹੜਾ ਹੈ ਉਹ ਪੰਜਾਬ ਸਰਕਾਰ ਦੀ ਰਿਪੋਰਟ ਦੇ ਹਿਸਾਬ ਦੇ ਨਾਲ ਵਿਆਜ ਜਿਹੜਾ ਮੋੜਿਆ ਗਿਆ ਜੋ ਹੁਣ ਤੱਕ ਕਰਜ਼ ਪੰਜਾਬ ਸਰਕਾਰ ਦੇ ਸਿਰ ਹੈ ਉਸਦਾ ਜਦਕਿ ਕੈਗ ਦੀ ਰਿਪੋਰਟ ਦੇ ਹਿਸਾਬ ਦੇ ਨਾਲ 27,879 ਰੁਪਏ ਕਰਜ਼ ਜਿਹੜਾ ਹੈ ਉਹ ਮੋੜਿਆ ਗਿਆ ਹੈ ਉਸ ਤੋਂ ਬਾਅਦ ਪੂੰਜੀਗਤ ਖਰਚ ਦੀ ਜੇਕਰ ਗੱਲ ਕਰ ਲਈਏ 10,208 ਕਰੋੜ ਖਰਚਾ ਆਇਆ ਹੈ ਇਹ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਜਦਕਿ ਕੈਗ ਦੀ ਰਿਪੋਰਟ ਦੇ ਹਿਸਾਬ ਦੇ ਨਾਲ 7,831 ਕਰੋੜ ਰੁਪਏ ਦਾ ਪੂੰਜੀਗਤ ਖਰਚ ਦੱਸਿਆ ਜਾ ਰਿਹਾ ਹੈ ਸੋ ਇਹ ਅੰਕੜੇ ਜਾਰੀ ਜਿਹੜੇ ਹੈ ਉਹ ਸੂਬੇ ਦੇ ਰਾਜਪਾਲ ਦੇ ਵੱਲੋਂ ਕੀਤੇ ਗਏ ਨੇ ਅਤੇ ਮੁੜ ਸਵਾਲ ਖੜਾ ਕੀਤਾ ਗਿਆ ਹੈ ਜੋ ਪੰਜਾਬ ਸਰਕਾਰ ਨੇ ਨਵਾਂ ਕਰਜ਼ਾ ਲਿਆ ਹੈ ਉਸ ਕਰਜ਼ੇ ਅਤੇ ਪੰਜਾਬ ਸਰਕਾਰ ਅਤੇ ਕੈਗ ਦੀ ਰਿਪੋਰਟ ਦੇ ਵਿੱਚ ਜੋ ਗੈਪ ਤਕਰੀਬਨ 10,000 ਕਰੋੜ ਤੋਂ ਵੀ ਵੱਧ ਆਏ ਉਹ ਆਖਿਰ ਕਿਉਂ ਆ ਰਿਹਾ ਹੈ ਇਹ ਸਵਾਲ ਪੁੱਛਿਆ ਗਿਆ ਰਾਜਪਾਲ ਦੇ ਵੱਲੋਂ ਅਤੇ ਹੁਣ ਇਸ ਰਿਪੋਰਟ ਨੂੰ ਲੈ ਕੇ ਪੰਜਾਬ ਸਰਕਾਰ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਰਿਪੋਰਟ ਦੱਸ ਰਹੀ ਹੈ ਦੂਜੇ ਪਾਸੇ ਭਾਜਪਾ ਇਸ ਦੇ ਹੱਕ ਦੇ ਵਿੱਚ ਯਾਨੀ ਕਿ ਬਨਵਾਰੀ ਲਾਲ ਪੁਰੋਹਿਤ ਦੇ ਹੱਕ ਦੇ ਵਿੱਚ ਉਤਰੀ ਹੈ ਅਤੇ ਬਕਾਇਦਾ ਤੌਰ ਦੇ ਉੱਤੇ ਗਰੇਵਾਲ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕੀ ਕੁਛ ਕਿਹਾ ਦੇਖੋ ਮੈਂ ਸਮਝਦਾ ਕਿ ਉਹਨਾਂ ਦੀ ਚਿੰਤਾ ਜਿਹੜੀ ਆ ਉਹ ਜਾਇਜ਼ ਆ ਔਰ ਜਿਹੜਾ ਪੰਜਾਬ ਦਾ ਕੰਮ ਆ ਬਿਨਾਂ ਕਿਸੇ ਆਰਥਿਕਤਾ ਦੇ ਬਾਰੇ ਵਿਚਾਰ ਕੀਤੇ ਹੋਏ ਚੱਲ ਰਿਹਾ ਹੈਗਾ